ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤਕਰੀਬਨ ਜਿਹੜੀ ਕਣਕ ਦੀ ਬਜਾਈ ਆ ਉਹ ਕੰਪਲੀਟ ਹੋਣ ਦੇ ਨੇੜੇ ਆ ਥੋੜਾ ਬਹੁਤਾ ਰਕਬਾ ਰਹਿ ਗਿਆ ਜਿੱਥੇ ਕਿਸਾਨ ਵੀਰਾਂ ਨੇ ਬਜਾਈ ਅਜੇ ਕਰਨੀ ਆ ਕੁਝ ਕਿਸਾਨ ਵੀਰ ਆ ਜਿਹੜੇ ਦਸੰਬਰ 'ਚ ਜਾ ਕੇ ਵੀ ਜਿਹੜੀ ਬਜਾਈ ਕਰਦੇ ਜਿਨ੍ਹਾਂ ਦੇ ਖੇਤ ਆ ਜਿਹੜੇ ਲੇਟ ਵਿਹਲੇ ਹੁੰਦੇ ਆ ਸੋ ਜਿਹੜੀ ਬਜਾਈ ਤੋਂ ਬਾਅਦ ਕਿਸਾਨ ਵੀਰਾਂ ਨੇ ਜਿਹੜੇ ਨਦੀਨ ਨਾਸ਼ਕ ਵਗੈਰਾ ਦੀ ਸਪਰੇਅ ਕੀਤੀ ਸੀ ਉਹਦੇ ਬਾਰੇ ਕੋਈ ਸਵਾਲ ਆ ਰਹੇ ਆ ਇੱਕ ਸਵਾਲ ਅੱਜ ਤੁਹਾਨੂੰ ਮੈਂ ਕਰਨਾ ਉਹਦੇ ਬਾਰੇ ਤੁਸੀਂ ਜਵਾਬ ਜ਼ਰੂਰ ਦੇਣਾ ਤੇ ਅੱਗੇ ਕਿਸਾਨ ਵੀਰਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰਨੀ ਤਾਂ ਕਿ ਆਪਾਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਉਹ ਸਵਾਲ ਦੇ ਜਵਾਬ ਮਿਲਣ ਸਕਣ ਤੇ ਉਹਦੇ ਅਨਸਾਰ ਜਿਹੜਾ ਸੀਜ਼ਨ ਦੇ ਵਿੱਚ ਆਪਾਂ ਨਾਲ ਦੀ ਨਾਲ ਜਿਹੜੀ ਤੁਹਾਡੇ ਨਾਲ ਜਾਣਕਾਰੀ ਪਾਈ ਜਾਣੀ ਆ ਆਪਣਾ ਮੇਨ ਮਕਸਦ ਕੀ ਹੈ ਕਿ ਖਰਚਾ ਫालतੂ ਨਹੀਂ ਕਰਨਾ ਹੈ ਜ਼ਰੂਰਤ ਅਨੁਸਾਰ ਖਾ ਸਪਰੇਅ ਕਰਨੀ ਜਰੂਨ ਤਨਸਾਰ ਖਾਦ ਪਾਉਣੀ ਆ ਖਰਚਾ ਵੀ ਲਿਮਟ ਚ ਕਰਨਾ ਝਾੜ ਵੀ ਵਧੀਆ ਲੈਣਾ ਗੱਲ ਮੁੱਕਦੀ ਇਹ ਹੈ ਕਿ ਆਪਾਂ ਫालतू ਖਰਚਾ ਜਿਹੜਾ ਕਿਸਾਨ ਵੀਰ ਦਾ ਉਹ ਰੋਕਣਾ ਹੈਗਾ ਉਹ ਜਿਹੜਾ ਮੇਨ ਮਕਸਦ ਆਪਣਾ ਹੁੰਦਾ ਸੋ ਜਿਹੜੇ ਕਿਸਾਨ ਵੀਰ ਕੋਈ ਕਿਸਾਨ ਵੀਰਾਂ ਨੇ ਜਿਹੜੇ ਬਜਾਈ ਕਰਨ ਅਨੁਸਾਰ ਜਿਹੜੀ ਮੇਰੇ ਵੱਲੋਂ ਖਾਸ ਤੌਰ ਤੇ ਸਪਾਰਸ਼ ਕੀਤੀ ਕਿ ਆਪਾਂ ਸਟ੍ਰੰਪ ਕਰ ਲਈਏ ਪੈਂਡੀਮੈਥ੍ਰਿਨ ਜਿਹੜੀ ਹੈਗੀ ਆ 1.5 ਲੀਟਰ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਕੱਟ ਵਾਲੀ ਨੋਜ਼ਲ 200 ਲੀਟਰ ਪਾਣੀ 1 2 ਜਾਂ ਵੱਧ ਤੋਂ ਵੱਧ 3 ਦਿਨ ਦੇ ਅੰਦਰ ਅੰਦਰ ਸਪਰੇ ਆਪਣੇ ਤੋਂ ਕੋਈ ਨਾ ਕੋਈ ਜਾਂ ਤਾਂ ਆਪਾਂ ਨੋਜ਼ਲ ਨਹੀਂ ਸਹੀ ਵਰਤਦੇ ਜਾਂ ਆਪਾਂ ਡੋਇ ਨਹੀਂ ਸਹੀ ਵਰਤਦੇ ਜਾਂ ਆਪਾਂ ਜਿਹੜਾ ਹੈਗਾ ਦਿਨ ਜਿਹੜੇ ਲੰਘਾ ਲੈਨੇ ਆ ਸਹੀ ਸਮੇਂ ਤੇ ਸਪਰੇ ਨਹੀਂ ਕਰਦੇ ਉੱਥੇ ਜਿਹੜਾ ਗੁੱਲੀ ਡੰਡਾ ਕਈ ਵਾਰ ਹਰਾ ਹੋਣ ਲੱਗ ਪੈਂਦਾ ਕਈ ਕਿਸਾਨ ਵੀਰਾਂ ਨੇ ਜਿਹੜੀ ਪਾਇਰੋਕਸਾ ਸਲਫੋਨ ਹੈ ਜਿਹੜੀ ਅਵਕੀਰਾ ਮੋਮੋਜੀ ਆ ਜਾਂ ਜਿਹੜੀ ਤੁਹਾਡੀ ਹੈਗੀ ਆ ਜਿੱਦੂ ਆ ਉਹਦੀ ਸਪਰੇਅ ਕੀਤੀ ਸੀ ਉਹ ਕੋਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਗੁੱਲੀ ਡੰਡਾ ਜੰਮ ਪਿਆ ਥੋੜਾ ਥੋੜਾ ਛੋਟਾ ਛੋਟਾ ਹੈਗਾ ਉਹਦੇ ਬਾਰੇ ਮੈਂ ਕੱਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਉਹਨੂੰ ਜਿਹੜਾ 20-22 ਦਿਨ ਤੇ ਪਾਣੀ ਲਾ ਦਿਓ ਕਿਸਾਨ ਵੀਰੋ ਜਿਹੜਾ ਜੰਮਿਆ ਹੁੰਦਾ ਥੋੜਾ ਬਹੁਤਾ ਗੁੱਲੀ ਡੰਡਾ ਉਹ ਦਬ ਜਾਂਦਾ ਉਹ ਖਤਮ ਹੋ ਜਾਊਗਾ ਉਹਦੇ ਵਿੱਚ ਕਿਸਾਨ ਵੀਰ ਕੋਈ ਦੇਖ ਪਹਿਲਾਂ ਅਸੀਂ ਜਿਹੜੀ ਯੂਰੀਆ ਪਾਉਣੀ ਆ ਸਪਰੇਅ ਕਰਨੀ ਆ ਕਿਉਂਕਿ ਉਹਦੇ ਨਾਲ ਜਿਹੜਾ ਖੇਤ ਦੇ ਵਿੱਚ ਬਹੁਤੀ ਡਿਸਟਰਬੈਂਸ ਨਹੀਂ ਹੋਣੀ ਚਾਹੀਦੀਗੀ ਆਪਾਂ ਜਦੋਂ ਪਾਣੀ ਲਾਉਣਾ ਪਹਿਲਾਂ ਤੁਸੀਂ ਜੇ ਸਪਰੇਅ ਕਰਨੀ ਮੈਗਨੀਜ਼ ਦੀ ਉਹ ਕਰ ਸਕਦੇ ਆ ਕਰ ਲਓ ਯੂਰੀਆ ਤੁਸੀਂ ਕਿਸਾਨ ਵੀਰੋਂ ਪਾਣੀ ਲਾਉਣ ਤੋਂ 3-4 ਦਿਨ ਬਾਅਦ ਤੱਕ 5 ਦਿਨ ਬਾਅਦ ਤੱਕ ਜਦੋਂ ਬੱੱਤਰ ਚਾਜੇ ਉਦੋਂ ਪਾ ਸਕਦੇ ਹੋ ਇਸ ਹਿਸਾਬ ਨਾਲ ਜਿਹੜਾ ਆਪਾਂ ਨੂੰ ਮੈਨੇਜਮੈਂਟ ਕਰਨੀ ਪੈਣੀ ਜੇ ਤੁਸੀਂ ਪਹਿਲਾਂ ਪਾਉਣਾ ਹੀ ਪਾਉਣਾ ਹੈ ਤਾਂ ਪਾ ਸਕਦੇ ਹੋ ਵਿੱਚ ਕੋਈ ਸਮੱਸਿਆ ਨਹੀਂ ਪਰ ਜਦੋਂ ਪਾਣੀ ਲਾਉਣਾ ਉਦੋਂ ਦੇਖੋ ਵੀ ਖੇਤ ਦੇ ਵਿੱਚ ਬਹੁਤੀ ਡਿਸਟਰਬੈਂਸ ਨਾ ਹੋਵੇ ਕੁਝ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਰਹੇ ਸੀਗੇ ਕਿ ਜਿਹੜੀ ਯੂਰੀਆ ਦੀ ਡੋ ਜਿਹੜੀ ਹੈਗੀ ਆ ਸੈਕੰਡ ਜਾਂ ਲਾਸਟ ਕਦੋਂ ਪਾਈਏ ਜਾਂ ਇਹਦੇ ਵਿੱਚ ਸਰੋਂ ਦੇ ਵਿੱਚ ਜਿਹੜੀ ਮੈਗਨੀਜ਼ ਦੀ ਸਪਰੇਅ ਕਰਨ ਬਾਰੇ ਕਿਸਾਨ ਵੀਰੋ ਇਹਦੇ ਬਾਰੇ ਮੈਂ ਵੱਖਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਿਆ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਦਾ ਰਹੂੰਗਾ ਜਿਹੜਾ ਮੇਰਾ ਸਵਾਲ ਆ ਕਿਸਾਨ ਵੀਰੋ ਇਹਦਾ ਤੁਸੀਂ ਜਵਾਬ ਵੀ ਦੇਣਾ ਬਹੁਤ ਬਹੁਤ ਕਿਸਾਨ ਵੀਰਾਂ ਤੱਕ ਵੀਡੀਓ ਪਹੁੰਚਾਣੀ ਤੁਹਾਡੇ ਤੱਕ ਵੀ ਜਾਣਕਾਰੀ ਉਹ ਮੇਰੇ ਤੱਕ ਆਉ ਉਹਦੇ ਅਨੁਸਾਰ ਫਿਰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ ਕਿ ਕਣਕ ਦੀ ਬਜਾਈ ਤੁਸੀਂ ਕਿੰਨੀ ਤਰੀਕ ਨੂੰ ਕੀਤੀ ਆ ਕਿਸਾਨ ਵੀਰੋ ਕਿਹੜੀ ਕਿਸਮ ਬੀਜੀ ਆ ਕਿੰਨਾ ਬੀਜ ਪਾਇਆ ਕਿਹੜੇ ਤਰੀਕੇ ਕੀਤੀ ਆ ਇਹ ਤਿੰਨ ਚਾਰ ਸਵਾਲਾ ਇੱਕ ਤਾਂ ਹੈਗਾ ਕਿਹੜੀ ਮਿੱਟੀ ਨੂੰ ਕੀਤੀ ਆ ਕਿਹੜੇ ਢੰਗ ਨਾਲ ਕੀਤੀ ਆ ਕਿੰਨਾ ਬੀਜ ਪਾਇਆ ਤੇ ਕਿਹੜੇ ਜਿਹੜੇ ਹੈਗੇ ਆ ਤੁਸੀਂ ਢੰਗ ਤਰੀਕੇ ਦੇ ਨਾਲ ਜਿਹੜੀ ਬਿਜਾਈ ਕੀਤੀ ਆ ਤੇ ਜੇ ਮਿਕਸ ਕਰਕੇ ਕੀਤੀਆਂ ਵੈਰੈਟੀਆਂ ਕਿਹੜੀ ਕਿਹੜੀ ਵੈਰੈਟੀ ਮਿਕਸ ਕੀਤੀ ਤਾਂ ਕਿੰਨਾ ਕਿੰਨਾ ਬੀਜ ਪਾਇਆ ਇਹਦੇ ਬਾਰੇ ਕਿਰਪਾ ਕਰਕੇ ਜਿਹੜੀ ਹੈਗੀ ਥੱਲੇ ਜਾਣਕਾਰੀ ਕਮੈਂਟਾਂ ਦੇ ਰੂਪ ਜ਼ਰੂਰ ਦਿਓ ਉਹਦੇ ਅਨੁਸਾਰ ਮੈਨੂੰ ਜਿਹੜੀ ਸੁਖਾਲਾ ਹੋਊਗਾ ਕਿਉਂਕਿ ਜਿਆਦਾ ਜਿੰਨੇ ਜਵਾਬ ਆਉਣਗੇ ਤਾਂ ਉਹਦੇ ਅਨੁਸਾਰ ਜਿਹੜੀ ਹੈਗੀ ਆਪਾਂ ਤੁਹਾਡੇ ਨਾਲ ਜਾਣਕਾਰੀ ਆਉਣ ਵਾਲੇ ਸਮੇਂ 'ਚ ਸ਼ੇਅਰ ਕਰਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਸੇ ਤਰ੍ਹਾਂ ਇੱਕ ਦੂਜੇ ਨਾਲ ਜੁ